सत श्री अकाल जी, मेरा नाम सैंडी जनेजा, तुम देख रहे हो एन टी एल सिनेमा। तुहाडा निघा स्वागत है। क्रिमिनल्स नूं मिलन आए हां तुसीं। क्राइम नंबर वन, क्रिमिनल नंबर वन रघुवीर भोली जी मेरे नाल। थोड़ा साइलेंट जिहे बैठे हैं लेकिन हैं बहुत खूंखार। राइट। तो साढ़े नाल फिर करन फड़न लई कॉपी है, सुपर कॉप रंगदेव जी। की हाल चाल? वधिया सर। पहले से रघुवीर नाल गल करते हैं जी। रघुवीर, की है सारा मामला? ये फिल्म है जी। फिल्म है? हाँ जी, फिल्म है। नवे विषय की फिल्म है, नवा कंटेंट है, नवे किरदार ने, नवा डायरेक्टर है, नवे राइटर ने, ते नवी सोच, न्यू यंगस्टर की फिल्म है। अच्छा, ट्रेलर देख के नहीं लगता कुछ नवा है? मतलब ट्रेलर देख के नवापन तो जरूर दिखा है, बट कुछ नवा मतलब नवे नवे लोगों ने बनाई, जिदा तुम कह रहे हो ना, सब कुछ नवा, राइटर भी नवा, तो मतलब बहुत एक्सपीरियंस्ड टीम लगती है। नीरू जी हो गए, प्रिंस भाई हो गए, धीरज हो गए, रंगदेव भाई हो गए, है ना, ਤੇ ਬਾਕੀ ਸੁਖੀ ਭਾਜੀ ਹੈਗੇ, ਸੁਖੀ ਜੈਲ ਜੀ, ਬਿਲਕੁਲ, ਜਿਹੜੇ ਮੈਂ ਐਕਟਰਾਂ ਦੀ ਗੱਲ ਕਰ ਰਿਹਾ, ਤੇ ਹੋਰ ਵੀ ਜਿੰਨੇ ਐਕਟਰ ਨੇ ਉਹ ਸਾਰੇ ਰੰਗਮੰਚ ਤੋਂ ਨੇ, ਥੀਏਟਰ ਤੋਂ ਨੇ, ਤਾਂ ਕਰਕੇ ਤੁਹਾਨੂੰ ਲੱਗਦਾ ਵੀ ਐਕਸਪੀਰੀਅੰਸ ਨੇ, ਜਿਹਨਾਂ ਨੇ ਸਟੇਜਾਂ ਦੇ ਕੰਮ ਕੀਤਾ ਹੋਇਆ, ਹੈ ਨਾ, ਐਕਟਿੰਗ ਬਾਰੇ ਉਹਨਾਂ ਨੂੰ ਪਤਾ ਐਕਚੁਅਲ ਵੀ ਅਸੀਂ ਕੀ ਕਰਨਾ ਹੈ, ਤਾਂ ਉਹਦੇ ਕਰਕੇ ਤੁਹਾਨੂੰ ਉਹ ਨਵਾਂ ਪਣ ਨਹੀਂ ਦਿਖ ਰਿਹਾ, ਹੈਜੀਟੇਸ਼ਨ ਨਹੀਂ ਦਿਖ ਰਿਹਾ। ਰਘਵੀਰ, ਜਦੋਂ ਅਸੀਂ ਤੁਹਾਡਾ ਕ੍ਰਾਈਮ ਦੇ ਬਾਰੇ ਦੇਖਦੇ ਨਾ, ਤੁਹਾਨੂੰ ਕ੍ਰਿਮੀਨਲ ਦੇ ਰੋਲ 'ਚ ਜਾਂ ਕਿਸੇ ਗੈਂਗਸਟਰ ਜਾਂ ਖੂਨ ਲੜਾਈ ਵਾਲੇ ਐਕਸ਼ਨ ਰੋਲ, ਤਾਂ ਲੱਗਦਾ ਨਹੀਂ ਇੱਕ ਕੋਮਿਕ ਜਾਂ ਤੁਹਾਡਾ ਇੱਕ ਸੈਂਸ ਆ ਜਾਂਦੀ ਹੈ, ਤੁਹਾਨੂੰ ਵੀ ਪਤਾ ਰਹੇਗਾ, ਤਾਂ ਇਸ ਦੇ ਵਿੱਚ ਵੀ ਕੁਛ ਇੱਦਾਂ ਦਾ ਹੀ ਹੋਏਗਾ ਕਿ ਤੁਸੀਂ ਇੱਕ ਪ੍ਰੋਪਰ ਕ੍ਰਿਮੀਨਲ ਨਹੀਂ ਹੋ ਲੱਗਦੀ, ਜਿਹੜਾ ਟ੍ਰੇਲਰ ਹੈ ਉਹਦੇ ਬਿਲਕੁਲ ਨਹੀਂ ਲੱਗ ਰਿਹਾ, ਉਹਦੇ ਲੱਗ ਰਿਹਾ ਤੁਸੀਂ ਹਾਰਡ ਕੋਰ ਕ੍ਰਿਮੀਨਲ ਹੀ ਹੋ। ਹਾਰਡ ਕੋਰ ਕ੍ਰਿਮੀਨਲ ਹੀ ਹੈ? ਅੱਛਾ, ਪਰ ਹਾਂ, ਇਹਦੇ ਇਹ ਵੀ ਜਿਹੜਾ ਮੇਰਾ ਕਿਰਦਾਰ ਹੈ ਇਹਦੇ ਦੋ ਸ਼ੇਡ ਨੇ। ਅੱਛਾ, ਇੱਕ ਤਾਂ ਇਹ ਵੀ ਹਾਰਡ ਕੋਰ ਵਾਲਾ ਜਿਹੜਾ ਹੈਗਾ ਹੈਗਾ, ਪਰ ਜਿਹੜਾ ਉਹ ਮਾਸਟਰ ਦਾ ਜਿਹੜਾ ਕਰੈਕਟਰ ਆ ਉਹਦੇ ਅੰਦਰ ਵੀ ਇੱਕ ਬੰਦਾ ਬੈਠਾ। ਅੱਛਾ, ਉਹ ਤੁਹਾਨੂੰ ਹਸਾ ਸਕਦਾ ਥੋੜ੍ਹਾ ਬਹੁਤ, ਥੋੜ੍ਹਾ ਬਹੁਤ ਹਸਾ, ਉਹ ਇਹ ਨਹੀਂ ਵੀ ਉਹ ਕਮੇਡੀ ਕਰ ਰਿਹਾ, ਉਹ ਜਿਹੜੀ ਉਹਦੀ ਇਹ ਰੇਪਿਸਟ ਆ ਜਿਹੜਾ ਮਾਸਟਰ ਹੈ ਕਿਰਦਾਰ ਆ, ਤਾਂ ਉਹਦੇ ਜਿਹੜਾ ਅੰਦਰ ਜਿਹੜਾ ਬੰਦਾ ਬੈਠਾ ਨਾ, ਉਹ ਤੁਹਾਨੂੰ ਹੋ ਸਕਦਾ ਉਹਦੀਆਂ ਚੀਜ਼ਾਂ ਇੰਪ੍ਰੋਂਪਟੂ ਆ ਜਾਂਦੀ ਹੈ ਤੁਹਾਨੂੰ ਵੀ, ਜਿੱਦਾਂ ਤੁਸੀਂ ਸੀਨ ਵੱਧਦਾ ਜਾਏਗਾ ਤਾਂ ਤੁਹਾਨੂੰ ਆਪਣੇ ਆਪ ਥੋੜ੍ਹੀ ਕਾਮੇਡੀ ਲੱਗੇਗੀ, ਤੁਹਾਨੂੰ ਥੋੜ੍ਹਾ ਉਹ ਨਹੀਂ ਇਹ ਅਸਲ ਮੈਂ ਸਿਚੁਏਸ਼ਨਲ ਆ, ਸਿਚੁਏਸ਼ਨ ਇਹ ਸ਼ੇਡ ਆ ਕਿਰਦਾਰ ਦੀ, ਜਿੱਦਾਂ ਜਿਵੇਂ ਹੁਣ ਟ੍ਰੇਲਰ 'ਚ ਤੁਸੀਂ ਦੇਖਿਆ, ਸਾਰੇ ਮੇਰੀ ਲੁੱਕ ਦੇਖਦੇ ਹੋ, ਸਾਰਾ ਹਰੇਕ ਨੂੰ ਲੱਗਦਾ ਵੀ ਯਾਰ ਕਿੰਨਾ ਡਰਾਵਣਾ ਯਾਰ, ਇੱਦਾਂ ਵੀ ਬੜਾ ਡਾਰਕ ਆ, ਹੈ ਨਾ, ਪਰ ਉਹ ਇੱਕ 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 ਸਿਚੁਏਸ਼ਨ ਆਊਗੀ ਇੱਦਾਂ ਦੀ, ਇਹੀ ਬੰਦਾ ਹੋਊਗਾ, ਪਰ ਇਹਦੇ ਵਿੱਚੋਂ ਤੁਹਾਨੂੰ ਇੱਕ ਨਵਾਂ ਰੰਗ ਮਿਲੂਗਾ, ਨਵੀਂ ਸ਼ੇਡ ਮਿਲਣੀ ਆ, ਜਿਹੜਾ ਦੇਖ ਰਹੇ ਉਹ ਨਹੀਂ, ਉਹ ਪਾਸੇ ਲੈ ਜਾਣਾ, ਉਹਦੀ ਪੋਸ਼ਾਕ ਪਾਸੇ ਲੈ ਜਾਣੀ ਆ, ਉਹਦੀ ਪੋਸ਼ਾਕ ਲੈ ਜਾਣੀ ਆ, ਜਦੋਂ ਇਹ ਟ੍ਰੇਲਰ ਜੀ ਵੀ ਦੇਖਿਆ ਨਾ ਕਰੀਏ ਸ਼ੁਰੂ, ਜਿਹੜਾ ਉਹ ਹੈ ਉਹ ਫਿਰ ਉਦੋਂ ਆਉਣਾ, ਦਾ ਪਰਸਨ ਇਨ ਡਿਸਗਾਈਜ਼ ਰਹੇਗਾ, ਕਾਈਂਡ ਆਫ ਪਰਸਨ ਇਨ ਡਿਸਗਾਈਜ਼ ਰਹੇਗਾ ਥੋੜਾ ਜਿਹਾ, ਵੀ ਤੁਹਾਨੂੰ ਸ਼ੇਡ ਇੱਕ ਵੀਰ ਰਸ ਹੋ ਗਿਆ, ਇੱਕ ਤੁਹਾਡਾ ਇੱਦਾਂ ਦਾ ਰਸ ਵੀ ਹੋ ਗਿਆ, ਤੇ ਕਾਮਿਕ ਰਸ ਵੀ ਤੁਹਾਨੂੰ ਦੇਖਣ ਨੂੰ ਮਿਲਦੇ, ਸਾਰੀ ਰਸ ਤਾਂ ਸਾਰੇ ਰਸ ਹੀ ਤੁਸੀਂ ਯੂਜ਼ ਤਾਂ ਸਾਰੀ ਕਰਦੇ ਹੋਗੇ, ਉਸ ਸੀਨ 'ਤੇ ਡਿਪੈਂਡ ਕਰਦਾ ਵੀ ਕਿਹੜੇ ਕਿਹੜੇ 'ਤੇ ਗੱਲ ਹੋ ਰਹੀ ਹੈ, ਅਤੇ ਪਰ ਬਹੁਤ ਇੰਟਰਸਟਿੰਗ, ਮੈਨੂੰ ਲੱਗਦਾ ਕਿ ਸਾਰਿਆਂ ਨਾਲੋਂ ਵਧੀਆ ਇੰਟਰਸਟਿੰਗ ਇਹ ਮੂਵੀ ਰਹੇਗੀ ਤੁਹਾਡੀ ਲਾਈਫ ਦੀ, ਜਿੱਥੇ ਤੱਕ ਮੇਰੇ ਖਿਆਲ ਹੈ, ਕਿਉਂਕਿ ਬਹੁਤ ਮਿਹਨਤ ਨਾਲ, ਬਿਕੋਜ਼ ਆਫ ਦਾ ਰੀਜ਼ਨ ਦੈਟ ਇੱਦਾਂ ਦੀਆਂ ਮੂਵੀਜ਼ ਬਹੁਤ ਘੱਟ ਬਣੀਆਂ ਪੰਜਾਬੀ ਸਿਨੇਮਾ 'ਚ, ਬਣੀ ਹੈ ਕੁਛ ਸਾਹਿਬ ਬਹਾਦਰ ਦੇ ਆਉਣ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਪਾਸੇ ਲੱਗੇ ਸੀ ਲੋਕ ਕਿ ਅਸੀਂ ਕੁਛ ਸਸਪੈਂਸ ਥ੍ਰਿਲਰ ਵੀ ਅੱਗੇ ਲੈ ਕੇ, ਇਹ ਸਸਪੈਂਸ ਥ੍ਰਿਲਰ ਹੈ ਕੁਛ ਪਰ ਐਕਸ਼ਨ ਐਂਡ ਸਪਾਈਨ ਚਿਲਿੰਗ ਥ੍ਰਿਲ ਦੇ ਨਾਲ, ਐਮ ਆਈ ਰਾਈਟ? ਇਹੀ ਚੀਜ਼ ਅਸੀਂ ਲਿਖੀ ਵੀ ਹੈ ਆਪਣੇ ਵੀ ਸਪਾਈਨ ਚਿਲਿੰਗ ਥ੍ਰਿਲ ਹੋਏਗੀ, ਇਹ ਹੈ ਇਹਦਾ ਇਹਦਾ ਜਿੱਦਾਂ ਵੀ ਬਾਹਰ ਜਿਵੇਂ ਟ੍ਰੇਲਰ ਆਊਟ ਹੋਇਆ, ਇੱਕ ਕੁਛ ਇਹ ਹੈ ਨਾ ਵੀ ਜਿੱਦਾਂ ਹੁਣ ਜਿੱਦਾਂ ਵੀ ਸਾਡਾ ਦਰਸ਼ਕ ਆ ਉਹ ਬਹੁਤ ਸਿਆਣਾ ਹੋ ਗਿਆ, ਓ ਟੀ ਟੀ 'ਤੇ ਉਹ ਨੈੱਟਫਲਿਕਸ 'ਤੇ, ਹੈ ਨਾ, ਐਮਾਜ਼ੋਨ ਪ੍ਰਾਈਮ 'ਤੇ ਜਿਹੜੇ ਜਿਹੜੇ ਵੀ ਹੈਗੇ ਨੇ, ਹੈ ਨਾ, ਮਿਰਜ਼ਾਪੁਰ ਵੀ ਦੇਖੀ ਬੈਠੇ ਆ, ਸੈਕਿੰਡ ਗੇਮ ਵੀ ਦੇਖੀ ਬੈਠੇ ਆ, ਮਨੀ ਹਿਸਟ ਵੀ ਦੇਖੀ ਬੈਠੇ ਆ, ਮਤਲਬ ਹਾਂ ਕਿੰਨੀ ਚੀਜ਼ਾਂ ਵੀ ਉਹ ਦੇਖਦੇ ਨੇ, ਤਾਂ ਉਹਨਾਂ ਦਾ ਟੇਸਟ ਬਿਲਡ ਅਪ ਹੋ ਗਿਆ, ਉਹ ਚਾਹੁੰਦੇ ਆ ਵੀ ਯਾਰ ਸਾਡੇ ਸਿਨੇਮੇ 'ਚ ਕਿਉਂ ਨਹੀਂ ਇੱਦਾਂ ਹੁੰਦਾ। ਹੁਣ ਜਦੋਂ ਆਇਆ ਤਾਂ ਜਿੰਨਾ ਵੀ ਮੀਡੀਆ ਭਾਈਚਾਰਾ ਸੀ, ਉਹਨਾਂ ਦੇ ਮੈਸੇਜ, ਫੋਨ, ਉਹ ਵੀਰੇ ਸ਼ੁਕਰਾ, ਉਹ ਥੈਂਕ ਯੂ ਬਾਈ, ਉਹ ਸਿਰਾ ਹੀ ਲੱਗ ਗਿਆ, ਤਾਂ ਇਹ ਹੋ ਗਿਆ, ਜਿਹੜੇ ਦਰਸ਼ਕ ਨੇ ਉਹਨਾਂ ਦਾ ਤਾਂ ਮਿਲਣੀ ਮਿਲਣਾ ਸੀ, ਉਹਨਾਂ ਦਾ ਸਾਡੇ ਜਿੰਨੇ ਇੰਸਟਾਗ੍ਰਾਮ ਨੇ ਜਾਂ ਫੇਸਬੁੱਕ ਆ ਜਾਂ ਯੂਟਿਊਬ ਜਿੱਥੇ ਟ੍ਰੇਲਰ ਆਪਣਾ ਹੈਗਾ ਅੰਬਲ ਮੋਸ਼ਨ ਪਿਕਚਰ 'ਤੇ, ਇੰਨੇ ਖੂਬਸੂਰਤ ਕਮੈਂਟ ਆਏ ਨੇ, ਮਤਲਬ ਉਹਨਾਂ ਨੂੰ ਪੜ੍ਹ ਕੇ ਸੁਣ ਕੇ ਦੇਖ ਕੇ ਮਹਿਸੂਸ ਹੁੰਦਾ ਵੀ ਸ਼ੁਕਰ ਆ ਰਿਹਾ ਸੀ ਇਸ ਪ੍ਰੋਜੈਕਟ ਦੇ। ਅੱਛਾ, ਇੱਕ ਗੱਲ ਹੋਰ ਪੁੱਛਣੀ ਸੀ ਤੁਹਾਨੂੰ, ਤਾਂ ਕਿ ਗਾਣਿਆਂ ਤੋਂ ਬਗੈਰ ਪੰਜਾਬੀ ਫਿਲਮ ਤਾਂ ਬਣਦੀ ਨਹੀਂ ਹੈ, ਚਾਹੇ ਉਹ
ਸੈਡ ਮੂਵੀ ਹੋਵੇ ਚਾਹੇ ਉਹ ਵਧੀਆ ਮੂਵੀ ਹੋਵੇ ਚਾਹੇ ਭੰਗੜੇ ਵਾਲੀ ਹੋਵੇ ਚਾਹੇ ਕੋਈ ਗੀਤ ਵਾਲੀ ਤਾਂ ਗੀਤ ਹੈਗਾ ਜੀ ਹਾਂਜੀ ਬਿਲਕੁਲ ਕੱਲ ਨੂੰ ਆਊਗਾ ਪਹਿਲਾ ਗੀਤ ਜੇ ਤੁਸੀਂ ਅੱਜ ਰਿਲੀਜ਼ ਕਰਤੀ ਇਹ ਇੰਟਰਵਿਊ ਫਿਰ ਤਾਂ ਕੱਲ ਨੂੰ ਆਊਗਾ ਇਹ ਅੱਜ ਹੀ ਜਾਣੀ ਹੈ ਜੀ ਹਾਂ ਜੇ ਕੱਲ ਨੂੰ ਮਤਲਬ ਇਹ ਹੋਈ ਜੇ ਇਹ 15 ਤਰੀਕ ਨੂੰ ਫਿਰ 15 ਨੂੰ ਆਊਗਾ ਜੀ ਬਹੁਤ ਕਮਾਲ ਦਾ ਗਾਣਾ ਹੈਪੀ ਵੀਰੇ ਨੇ ਲਿਖਿਆ ਹੈ ਰਾਈ ਕੋਟੀ ਨੇ ਠੀਕ ਹੈ ਤੇ ਜੀ ਖਾਨ ਨੇ ਗਾਇਆ ਤੇ ਹਸ਼ਮਤ ਸੁਲਤਾਨਾ ਜੀ ਦੇ ਨਾਲ ਤੇ ਉਹ ਬਹੁਤ ਕਮਾਲ ਦਾ ਸੌਂਗ ਹੈ ਮਤਲਬ ਟ੍ਰੇਲਰ ਤੇ ਦੇਖਿਆ ਮਤਲਬ ਟ੍ਰੇਲਰ ਵਰਗਾ ਫੀਲ ਦੇਣਾ ਉਹਨੇ ਮਤਲਬ ਹੋਰ ਚੱਕ ਦੇਣਾ ਕੰਮ ਮੈਂ ਹੁਣ ਤੁਹਾਨੂੰ ਇਹ ਪੁੱਛਣਾ ਸੀ ਕਿ ਤੁਸੀਂ ਕਿਸੇ ਗੈਂਗਸਟਰ ਨੂੰ ਸਟੱਡੀ ਕੀਤਾ ਨਹੀਂ ਤੁਸੀਂ ਜਿਹੜੀ ਸਾਡੀ ਥੀਏਟਰ ਦੀ ਸਟੱਡੀ ਹੈ ਉਹ ਆਪਣੇ ਆਪ 'ਚ ਹੀ ਬਹੁਤ ਵੱਡੀ ਸਟੱਡੀ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਡਾਕਟਰ ਕਿਵੇਂ ਹੋਊਗਾ ਡਾਕਟਰ ਬਣਨਾ ਡਾਕਟਰ ਨਹੀਂ ਹੈਗਾ ਫੀਲ ਡਾਕਟਰ ਆ ਤੁਸੀਂ ਕਰਕੇ ਰਹੇ ਹੋ ਇਹ ਨਹੀਂ ਹੈ ਕਿ ਜੇ ਪੁਲਿਸ ਵਾਲੇ ਬਣੋਗੇ ਤਾਂ ਉਹਦੀ ਤੁਹਾਨੂੰ ਥੀਏਟਰ 'ਚ ਅਲੱਗ ਸਿਖਲਾਈ ਦੇਣਗੇ ਉਹ ਨਹੀਂ ਹੈਗਾ ਕੁਛ ਮੇਰਾ ਆਪਣਾ ਪਰਸਨਲ ਆ ਕਿ ਮੈਂ ਆਪ ਪੜ੍ਹਦਾ ਲਿਖਦਾ ਰਹਿਣਾ ਹੈ ਨਾ ਮੈਂ ਐਕਟਿੰਗ ਸੰਬੰਧੀ ਵੀ ਪੜ੍ਹਦਾ ਰਹਿਣਾ ਮੂਵੀਜ਼ ਤੁਸੀਂ ਦੇਖਦੇ ਹੋ ਔਰ ਮੈਂ ਮੇਰੀ ਮੇਰੀ ਆਪਣੀ ਰੁਚੀ ਬਹੁਤ ਹੈ ਮੈਂ ਖੋਜ ਕਰਦਾ ਖੋਜ ਕਰਕੇ ਰਿਸਰਚ ਕਰਕੇ ਐਵਿਡ ਰਿਸਰਚ ਆ ਤੁਸੀਂ ਹਾਂਜੀ ਇੰਸਪੈਕਟਰ ਸਾਹਿਬ ਕੋਲ ਆਉਂਦੇ ਹਾਂ ਥੋੜ੍ਹਾ ਜਿਹਾ ਇੰਸਪੈਕਟਰ ਸਾਹਿਬ ਨਾਲ ਵੀ ਗੱਲ ਕਰ ਲਈਏ ਕਾਫੀ ਦੇਰ ਤੋਂ ਕੰਨ ਖਜਾ ਰਹੇ ਹਾਂ ਉਹਨਾਂ ਨੇ ਪਿਸਟਲ ਚਲਾ ਦੇਣੀ ਹੁਣ ਕਿ ਫੜਿਆ ਤੁਸੀਂ ਕੋਈ ਕ੍ਰਿਮੀਨਲ ਇਹ ਫੜਨ ਜਾਂ ਨਾ ਫੜਨ ਵਾਲੀ ਕ੍ਰਿਮੀਨਲ ਤਾਂ ਤੁਹਾਨੂੰ 23 ਤਰੀਕ ਨੂੰ ਫਿਲਮ ਹੀ ਦੇਖ ਕੇ ਪਤਾ ਲੱਗੇਗਾ ਤੁਸੀਂ ਰਿਵੀਲ ਨਹੀਂ ਕਰਦੇ ਨਾਨ ਸਪਾਇਲਰ ਰੱਖਦੇ ਹਾਂ ਇਹਨੂੰ ਚਲੋ ਇਹਨਾਂ ਤੋਂ ਇਹ ਪੁੱਛ ਲੈਂਦੇ ਹਾਂ ਭਾਜੀ ਤੁਹਾਡਾ ਕਰੈਕਟਰ ਕਿਸ ਤਰ੍ਹਾਂ ਦਾ ਮੇਰਾ ਕਰੈਕਟਰ ਇੱਕ ਇੰਟੈਲੀਜੈਂਟ ਬਹੁਤ ਹੀ ਇੰਟੈਲੀਜੈਂਟ ਪੁਲਿਸ ਆਫਿਸਰ ਹੈ ਅੱਛਾ ਇਹਨੂੰ ਹਾਇਰ ਕੀਤਾ ਜਾਂਦਾ ਠੀਕ ਹੈ ਜਿੱਥੋਂ ਦੀ ਇਹ ਘਟਨਾ ਹੈ ਉੱਥੋਂ ਦੇ ਜਿਹੜੇ ਡਿਪਾਰਟਮੈਂਟ ਹੈ ਇਹਨੂੰ ਬਾਹਰੋਂ ਬੁਲਾਉਂਦੇ ਆ ਵੀ ਇਹ ਸਾਡੇ ਕੇਸ ਚੱਲ ਰਿਹਾ ਇਹ ਪ੍ਰੋਬਲਮ ਖੜੀ ਹੋ ਗਈ ਹੈ ਵੀ ਇਹਨੂੰ ਸੋਲਵ ਕਰੋ ਬਸ ਉਹ ਸੋਲਵ ਕਰਨ ਤੇ ਲੱਗਿਆ ਹੋਇਆ ਕੁਛ ਹੋਸਟੇਜਿਸ ਹੈ ਛੁਡਵਾਉਣ ਦੀ ਆਈ ਥਿੰਕ ਸੋ ਜੋ ਟ੍ਰੇਲਰ ਸਾਨੂੰ ਦੱਸ ਰਿਹਾ ਦਰਸ਼ਕਾਂ ਨੂੰ ਦੱਸ ਰਿਹਾ ਦਰਸ਼ਕ ਵੀ ਸਾਨੂੰ ਕਮੈਂਟ ਕਰਕੇ ਵੀ ਪੁੱਛੋ ਤਾਂ ਸਹੀ ਕਿ ਹੋਸਟੇਜਿਸ ਨੂੰ ਛੁਡਵਾ ਵੀ ਪਾਉਂਦੇ ਆ ਨਹੀਂ ਪਾਉਂਦੇ ਆ ਕਿਸ ਤਰ੍ਹਾਂ ਰਹਿੰਦਾ ਐਕਸਪੀਰੀਅੰਸ ਕਿੱਦਾਂ ਰਿਹਾ ਤੁਹਾਡੀ ਕਲਾਕਾਰ ਸੀ ਰਵੀਰ ਬੋਲੀ ਵਰਗੇ ਸਾਹਮਣੇ ਪ੍ਰਿੰਸ ਕੇਜੇ ਸਨ ਵਰਗੇ ਸਾਹਮਣੇ ਪ੍ਰਿੰਸ ਕੌਣ ਜੀ ਜੀ ਤੁਹਾਨੂੰ ਆਵਾਜ਼ ਹੀ ਤੁਹਾਨੂੰ ਪਤਾ ਲੱਗਦੀ ਹੈ ਨਹੀਂ ਇਹਨਾਂ ਬਾਈ ਹੋਰਾਂ ਦੇ ਜਿਹੜੇ ਕਰੈਕਟਰ ਹੈ ਇਹ ਬਹੁਤ ਘੈਂਟ ਐਕਟਰ ਨੇ ਸਾਰੇ ਨੀਰੂ ਮੈਡਮ ਦਾ ਬਹੁਤ ਕਮਾਲ ਦਾ ਕਰੈਕਟਰ ਹੈ ਡਿਫਰੈਂਟ ਹੈ ਬਾਕੀ ਫਿਲਮਾਂ ਨਾਲੋਂ ਇਹਦੇ ਵਿੱਚ ਬਿਲਕੁਲ ਹੀ ਅਲੱਗ ਹੈ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਠੀਕ ਤਾਂ ਮੇਰਾ ਜਿਹੜਾ ਹੈਗਾ ਇਹਦੇ ਵਿੱਚ ਕਰੈਕਟਰ ਵੀ ਇਹਨਾਂ ਨਾਲ ਜਾਂ ਕੋਈ ਇੱਦਾਂ ਦੀ ਕੋਈ ਗੱਲਬਾਤ ਹਰੇਕ ਦਿਨ ਆਪਦੀ ਆਪਦੀ ਇੱਕ ਆਪਦਾ ਤਰੀਕਾ ਹੁੰਦਾ ਆਪਣੀ ਆਪਣੀ ਸ਼ੇਡ ਦੀ ਕਰੈਕਟਰ ਦੀ ਤਾਂ ਕੋਈ ਵੀ ਕਰੈਕਟਰ ਕਿਸੇ ਕਰੈਕਟਰ ਤੇ ਨਾ ਤਾਂ ਭਾਰੀ ਪੈਂਦਾ ਹੁੰਦਾ ਨਾ ਕੋਈ ਕਰੈਕਟਰ ਕਿਸੇ ਕਰੈਕਟਰ ਨੂੰ ਨੱਪ ਸਕਦਾ ਹੁੰਦਾ ਬਿਲਕੁਲ ਉਹ ਹਰੇਕ ਦੇ ਆਪਣਾ ਆਪਣਾ ਤਰੀਕਾ ਤੇ ਉਹ ਉਹਦਾ ਆਪਣੀ ਇੱਕ ਇੰਪੋਰਟੈਂਸ ਹੈ ਹਰੇਕ ਫਿਲਮ ਦੇ ਵਿੱਚ ਤਾਂ ਪੁਲਿਸ ਵਾਲਾ ਇੱਕ ਅਲੱਗ ਚੱਲ ਰਿਹਾ ਉਹਦੀ ਆਪਣੀ ਜਰਨੀ ਹੈ ਜਿਹੜੇ ਕ੍ਰਿਮੀਨਲ ਆ ਉਹਨਾਂ ਦੀ ਆਪਣੀ ਜਰਨੀ ਹੈ ਜਿਹੜੇ ਉਹ ਹੈਗੇ ਆ ਪਰਿਵਾਰ ਦੋ ਉਹਨਾਂ ਦੀ ਆਪਣੀ ਜਰਨੀ ਹੈ ਰਲ ਮਿਲਾ ਕੇ ਬੜੀ ਘੈਂਟ ਫਿਲਮ ਹੈ ਰਘਵੀਰ ਮੈਂ ਬਹੁਤ ਟਾਈਮ ਤੋਂ ਸਾਡੇ ਜੋ ਦਰਸ਼ਕ ਪੁੱਛਦੇ ਆ ਰਹੇ ਨਾ ਤੁਹਾਡੇ ਬਾਰੇ ਸੰਧੂ ਹੁੰਦਾ ਸੀ ਟਾਈਮ ਤੋਂ ਯਾਰ ਬੰਦੇ ਨੇ ਹੁਣ ਥੋੜਾ ਜਿਹਾ ਐਕਸ਼ਨ ਪੈਕ ਵੀ ਹੋ ਗਿਆ ਰੋਮਾਂਸ ਕਦੋਂ ਕਰੇਗੀ ਬਹੁਤ ਸ਼ਰਾਰਤੀ ਜੇ ਕਰੈਕਟਰ ਹੈਗੇ ਆ ਰੀਅਲ ਲਾਈਫ 'ਚ ਜਿੱਦਾਂ ਬੈਠਾ ਸਾਨੂੰ ਜਲਦੀ ਕਰਾਂਗੇ ਠੀਕ ਹੈ ਜੀ ਰਘਵੀਰ ਜਾਂਦੇ ਜਾਂਦੇ ਦਰਸ਼ਕਾਂ ਨੂੰ ਦੱਸ ਦਿਓ ਗੋਗਲਸ ਦਾ ਕੀ ਰਾਜ਼ ਹੈ ਕੁੜੀਆਂ ਦਾ ਇਹ ਯਾਰ ਵੈਸੇ ਇੱਕ ਤਾਂ ਅੱਜ ਨਾ ਮੈਂ ਕੱਪੜੇ ਜੇ ਪਾਏ ਮੈਂ ਕੱਲ੍ਹ ਦੀਆਂ ਲਾਈਆਂ ਹੋਈਆਂ ਮੈਨੂੰ ਵਧੀਆ ਲੱਗੀਆਂ ਦਰਸ਼ਕਾਂ ਲਈ ਮੈਨੂੰ ਜ਼ਰੂਰ ਜਾਂਦੇ ਜਾਂਦੇ ਬੋਲਣਾ ਪਏਗਾ ਕਿ ਮੇਰਾ ਬਾਪ ਵੀ ਉਹ ਥਾ ਗੈਂਗਸਟਰ ਮੈਂ ਹਿੰਦੀ 'ਚ ਬੋਲ ਰਿਹਾ ਪੰਜਾਬੀ 'ਚ ਬੋਲਣਾ ਜਿਹੜਾ ਪ੍ਰਿੰਸ ਕੇਜੇ ਭਾਜੀ ਮੇਰਾ ਬਾਪ ਵੀ ਬਦਮਾਸ਼ ਥਾ ਮੇਰਾ ਦਾਦਾ ਵੀ ਬਦਮਾਸ਼ ਥਾ ਮੈਂ ਵੀ ਬਦਮਾਸ਼ ਹੂੰ ਇਹ ਹੀ ਬਚਪਨ ਦਾ ਸੁਪਨਾ ਥਾ ਮੇਰਾ ਤਾਂ ਬਦਮਾਸ਼ ਹੀ ਬਣਨਾ ਮੈਂ ਹੈ ਇੱਦਾਂ ਹੀ ਇਹਨੂੰ ਪ੍ਰਿੰਸ ਬਾਈ ਦਾ ਇੱਦਾਂ ਹੀ ਪ੍ਰਿੰਸ ਬਾਈ ਦਾ ਤਾਂ ਇਹ ਸੀ ਜੀ ਕ੍ਰਿਮੀਨਲ ਦੀ ਟੀਮ ਇਹ ਨੇ ਇੰਸਪੈਕਟਰ ਸਾਹਿਬ ਰੰਗਦੇਵ ਜੀ ਅਤੇ ਇਹ ਨੇ ਸਾਡੇ ਪਿਆਰੇ ਰਘਵੀਰ ਬੋਲੀ ਜੀ ਕ੍ਰਿਮੀਨਲ ਤੁਸੀਂ ਜ਼ਰੂਰ ਦੇਖਣਾ ਸਿਨੇਮਾ ਘਰਾਂ 'ਚ 23rd ਆਫ ਸਪਟੈਂਬਰ ਨੂੰ ਅੰਬਲ ਮੋਸ਼ਨ ਪਿਕਚਰਸ ਲੈ ਕੇ ਆ ਰਹੇ ਬਹੁਤ ਹੀ ਵਧੀਆ ਪਿਕਚਰ ਬਿਲਕੁਲ ਕ੍ਰਿਮੀਨਲ ਜੀ ਬੋਲ ਦਿਓ ਫਿਰ ਹਾਂਜੀ 23 ਸਤੰਬਰ ਨੂੰ ਜੀ ਸਾਰੇ ਆਪਣੇ ਦੋਸਤਾਂ ਨਾਲ ਪਰਿਵਾਰ ਨਾਲ
इस फिल्म का आनंद माणियो, सिनेमा खचा खच भर दो दांगे, इदां दी फिल्मां होर बन बन तुहाडे प्यार सदके हो सकदा।